ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਲਾਖਣਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਦੋਸਤੋ। ਬਿਲਕੁਲ ਨਾਲ ਬਾਰਡਰ ਲੱਗਦਾ ਦੋਸਤੋ ਪਿੰਡ ਹੈਗਾ ਲਾਖਣਾ। ਅਮਰਕੋਟ ਕੋਈ 3 ਤੋਂ 4 ਕਿਲੋਮੀਟਰ ਦੂਰੀ ਹੈਗੀ ਦੋਸਤੋ ਸ਼ਹਿਰ ਦੀ, ਅਤੇ ਨਾਲ ਹੀ ਖੇਮਕਰਨ ਥੋੜ੍ਹੀ ਦੂਰੀ 'ਤੇ ਸ਼ਹਿਰ ਹੈਗਾ। ਇੱਕ ਬੰਨੇ ਰਾਜੋਂਕੇ ਪਿੰਡ ਆ ਦੋਸਤੋ, ਅਤੇ ਮਹਿਮੂਦਪੁਰਾ ਪਿੰਡ ਥੋੜ੍ਹੀ ਦੂਰੀ 'ਤੇ ਆ, ਅਤੇ ਖਾਸ ਪਹੁੰਚ ਤੁਸੀਂ ਪਿੰਡ ਲਾਖਣੇ ਕਰਨੀ ਆ। ਅੱਜ ਬਾਈ ਬਲਵੰਤ ਸਿੰਘ ਦੇ ਨਾਲ ਗੱਲ ਕਰਾਂਗੇ। ਪਹਿਲਾਂ ਵੀ ਦੋਸਤੋ ਇਸ ਘਰੋਂ ਆਪਾਂ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ, ਮੱਝਾਂ ਵੀ ਦਿਖਾਈਆਂ ਨੇ ਤੁਹਾਨੂੰ, ਅਤੇ ਵਿਹੜਾਂ ਵੀ ਸਮੇਂ ਦੇ ਨਾਲ ਦਿਖਾਈਆਂ ਨੇ, ਜਿਹੜੀਆਂ ਬਿਲਕੁਲ ਬਣ ਕੇ ਤਿਆਰ ਹੋਈਆਂ ਹੁਣ ਅਤੇ ਵੇਚੀਆਂ ਜਾਂਦੀਆਂ ਨੇ, ਠੀਕ ਆ। ਅਤੇ ਅੱਜ ਬਿਲਕੁਲ ਘਰੇਲੂ ਵੱਛੀ ਦਿਖਾ ਦਾਂਗੇ ਦੋਸਤੋ। ਬਹੁਤੇ ਵੀਰਾਂ ਦੀ ਡਿਮਾਂਡ ਆ ਵੀ ਚੰਗਾ ਪਸ਼ੂ ਖਰੀਦਣ ਦੀ, ਅਤੇ ਘਰੇਲੂ ਖਰੀਦ ਨੂੰ ਜਿਹੜੀ ਆ ਕਾਫੀ ਤੁਸੀਂ ਤਵੱਜੋ ਦਿੰਦੇ ਹੋ, ਪਹਿਲ ਦਿੰਦੇ ਹੋ। ਅਤੇ ਅੱਜ ਬਿਲਕੁਲ ਘਰੇਲੂ ਵੀਰ ਦੇ ਕੋਲ ਤੁਸੀਂ ਮਾਲ ਵੀ ਦੇਖ ਰਹੇ ਹੋ, ਘਰੇਲੂ ਪਸ਼ੂ ਨੇ ਸਾਰੇ, ਅਤੇ ਉਹਨਾਂ ਪਸ਼ੂਆਂ ਦੇ ਵਿੱਚੋਂ ਇੱਕ ਤਿਆਰ ਹੋਈ ਵਹਿੜ ਤੁਹਾਨੂੰ ਜਿਹੜੀ ਅੱਜ ਦਿਖਾ ਦਿੰਦੇ ਆ। ਦੂੰਦੀ ਚੌਗੀ ਵਹਿੜ ਆ, ਪੂਰੀ ਡਿਟੇਲ ਬਾਈ ਬਲਵੰਤ ਸਿੰਘ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਅੱਗੇ ਜਿਹੜੇ ਵੀਰਾਂ ਨੂੰ ਪਸੰਦ ਆਈ, ਟਿਪ ਕੇ ਆਪਦੀ ਤਸੱਲੀ ਕਰ ਸਕਦੇ ਹੋ, ਹਜੇ ਸਮਾਂ ਪਿਆ ਵਹਿੜ ਦੇ ਸੂਣ ਦੇ ਵਿੱਚ। ਆਓ ਕਰਦੇ ਹਾਂ ਗੱਲਬਾਤ। ਬਾਕੀ ਅੱਜ ਦੋਸਤੋ 7 ਜੂਨ ਨੂੰ ਦੋਸਤੋ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ, ਕੋਈ 1 ਵਜੇ ਦੁਪਹਿਰ ਦਾ ਸਮਾਂ ਹੈਗਾ। ਅਤੇ ਆਜੋ ਕਰਦੇ ਹਾਂ ਗੱਲਬਾਤ ਬਾਈ ਬਲਵੰਤ ਸਿੰਘ ਹੋਰਾਂ ਦੇ ਨਾਲ। ਸਭ ਤੋਂ ਪਹਿਲਾਂ ਭਾਅ ਜੀ ਬਲਵੰਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ। ਹੋਰ ਭਾਅ ਜੀ ਕਿਵੇਂ ਆ? ਹਾਂਜੀ ਜੀ, ਠੀਕ ਠਾਕ ਜੀ। ਠੀਕ ਆ ਜੀ। ਹੋਰ ਫਸਲਵਾੜੀ ਅਤੇ ਪਸ਼ੂਆਂ ਬਿਲਕੁਲ ਓਕੇ ਰਿਪੋਰਟ ਜੀ? ਹਾਂਜੀ, ਬਹੁਤ ਵਧੀਆ, ਸਮਾਂ ਚੰਗਾ। ਚਲੋ ਠੀਕ ਆ। ਹਾਂਜੀ, ਅਤੇ ਅੱਜ ਭਾਅ ਜੀ ਬਲਵੰਤ ਸਿੰਘ ਜੀ, ਇੱਕ ਬਿਲਕੁਲ ਘਰੇਲੂ ਵਹਿੜ ਬਿਲਕੁਲ ਤਿਆਰੀ ਦੇ ਵਿੱਚ, ਮੈਨੂੰ ਲੱਗਦਾ ਵੀ ਬਿਲਕੁਲ ਕੋਈ 2-4 ਦਿਨ, ਹਫ਼ਤਾ ਕੋਈ 8-7 ਦਿਨ ਸਮਾਂ ਪਿਆ ਬਾਕੀ ਸੂਣ 'ਚ। ਹਾਂਜੀ ਹਾਂਜੀ, ਹਫ਼ਤਾ ਤਾਂ ਪਿਆ ਜੀ, ਇੱਕ ਹਫ਼ਤਾ ਪਿਆ ਜੀ। ਹਾਂਜੀ, ਇਹ ਆਪਣੇ ਘਰੇਲੂ ਵਹਿੜੀ ਹੈ ਜੀ? ਘਰੇਲੂ ਪੱਥਰੀ ਜੰਮੀ ਪਲੀ ਹੈ? ਹਾਂਜੀ, ਆਪਣੀ ਆਪਣੀ ਜੀ, ਆਪ ਤਿਆਰ ਹੋਈ ਹੈ। ਠੀਕ ਆ, ਤਿਆਰ ਕਰਕੇ ਆਪਾਂ ਵੇਚ। ਅਤੇ ਇਹ ਸੂਆ ਵੀ ਪਹਿਲਾਂ ਹੀ ਹੈ ਨਾ ਜੀ? ਪਹਿਲਾ ਸੂਆ ਜੀ। ਅੱਛਾ, ਸੂਆ ਬਹੁਤ। ਦੰਦੋਂ ਮੂੰਹ ਕਿਵੇਂ? ਚੌਂਗੀ ਆ ਜੀ, ਚੌਂਗੀ ਚੌਂਗੀ। ਹਾਂਜੀ, ਚੌਂਗੀ। ਹਾਂਜੀ, ਚੌਂਗੀ ਦੋਸਤੋ ਵੱਛੀ ਆ, ਠੀਕ ਆ। ਅਤੇ ਨਿੱਗਰ ਆ, ਬਾਕੀ ਕਦਕੜ ਦੀ ਜੇਕਰ ਗੱਲ ਕਰ ਲਈਏ ਤਾਂ ਮੋਸਟਲੀ ਜਿੰਨੀਆਂ ਆਪਾਂ ਵਹਿੜਾਂ ਦੇਖਦੇ ਹਾਂ ਵਿੱਚ ਵਿਚਾਲੇ ਸਾਈਜ਼ ਵਾਲੀਆਂ, ਬਾਹਲੇ ਵੱਡੇ ਕੱਦ 'ਚ ਵੀ ਨਹੀਂ ਅਤੇ ਬਾਹਲੇ ਦਰਮਿਆਨੇ 'ਚ ਵੀ ਨਹੀਂ, ਵਿਚਲਾ ਸਾਈਜ਼ ਆ, ਮੀਡੀਅਮ ਹਾਈਟ ਦੇ ਵਿੱਚ ਆ। ਅਤੇ ਪੂਰੀ ਜੰਮੀ ਪਲੀ ਜਿਹੜੀ ਆ ਦੋਸਤੋ ਇਹ ਵੱਛੀ ਆ, ਠੀਕ ਆ। ਅਤੇ ਪਹਿਲਣ ਵੱਛੀ ਨੇ ਸੁਣਾ, ਥੋੜ੍ਹਾ ਕਰੋਸ ਅੰਗ ਦੇ ਵਿੱਚ ਜ਼ਰੂਰ ਹੈਗੀ ਆ, ਜਿਵੇਂ ਆਪਾਂ ਮੋਸਟਲੀ ਕਹਿ ਦਿੰਦੇ ਹਾਂ ਵੀ ਜਦੋਂ ਗਰਮੀ ਦਾ ਪੱਖ ਸਟਾਰਟ ਹੁੰਦਾ ਤਾਂ ਆਪਾਂ ਕਰੋਸ ਅੰਗ ਦੇ ਵਿੱਚ ਪਸ਼ੂ ਖਰੀਦਣਾ ਜਿਹੜਾ ਪਸੰਦ ਕਰਦੇ ਹਾਂ। ਅਤੇ ਪਿਓਰਟੀ ਘੱਟ ਆ, ਕਰੋਸ ਆ, HF ਅਤੇ ਸ਼ਾਹੀਵਾਲ ਕਰੋਸ ਅੰਗ ਦੇ ਵਿੱਚ ਆ, ਅਤੇ ਠੰਡੀ ਧੀਰੀ ਆ। ਬਾਕੀ ਥਣ ਥੁਣ ਮੈਂ ਇੱਕ ਵਾਰੀ ਤੁਹਾਨੂੰ ਪੂਰਾ ਬੋਡੀ ਸਟਰਕਚਰ ਦੋਸਤੋ ਦਿਖਾ ਦਿੰਦਾ, ਉਸ ਤੋਂ ਬਾਅਦ ਤੁਸੀਂ ਜਿਹੜੀ ਵੰਡ ਲਾ ਸਕਦੇ ਹੋ। ਅਤੇ ਹਜੇ 1 ਹਫ਼ਤਾ ਸਮਾਂ ਬਾਕੀ ਆ ਸੂਣ ਦੇ ਵਿੱਚ, 1 ਹਫ਼ਤਾ ਹਜੇ ਸਮਾਂ ਲੈ ਜੂਗੀ। ਬਾਕੀ ਥਣ ਦੋਸਤੋ ਕਈ ਵਾਰ ਆਪਾਂ ਦੇਖਦੇ ਵੀ ਪਹਿਲਾਂ ਵਹਿੜਾਂ ਦੇ ਥਣ ਜਿਹੜਾ ਛੋਟਾ ਦਿਖਾਈ ਦਿੰਦਾ, ਪਰ ਇੱਥੇ ਤੁਸੀਂ ਬਿਲਕੁਲ ਵੇਖੋਗੇ ਵੀ ਮੁੱਠੀ ਵਾਲਾ ਥਣ ਆ, ਠੀਕ ਆ ਜੀ। ਅਤੇ ਜਿਹੜਾ ਮੁੱਠੀ ਵਾਲਾ ਥਣ ਹੋਇਆ ਦੋਸਤੋ, ਹੱਥੀ ਚਬਾਈ ਵਾਲਾ ਹੋਇਆ, ਉਹਨੂੰ ਆਪਾਂ ਬਿਲਕੁਲ ਉਵੇਂ ਦੱਸ ਕੇ ਤੁਹਾਡੇ ਬਿਲਕੁਲ ਸਾਹਮਣੇ ਜਿਹੜਾ ਰੂਬਰੂ ਕਰਾਂਗੇ, ਵੀ ਇਹ ਨਹੀਂ ਵੀ ਛੋਟਾ ਜਿਹਾ ਥਾਣਾ ਅਤੇ ਉਹਨੂੰ ਮੁੱਠੀ ਦਾ ਕਿਹਾ ਜਾਊਗਾ। ਬਾਕੀ ਤੁਸੀਂ ਇੱਥੇ ਆਣ ਕੇ ਘਰ ਪਹੁੰਚ ਕੇ ਦੇਖ ਹੀ ਲੈਣਾ। ਅੱਛਾ ਭਾਅ ਜੀ, ਮਦਰ ਦਾ ਮਿਲਕ ਵੀ ਚੰਗਾ ਰਿਹਾ ਹੋਊਗਾ ਇਸ ਵੱਛੀ ਦਾ? ਹਾਂਜੀ ਹਾਂਜੀ, ਬਹੁਤ ਵਧੀਆ ਜੀ। ਠੀਕ ਆ ਠੀਕ ਆ, ਬਹੁਤ ਵਧੀਆ ਮਿਲਕ ਰਿਹਾ ਮਦਰ ਦਾ। ਠੀਕ ਆ ਜੀ। ਅਤੇ ਵਿਖਾਈਏ ਮੂੰਹ ਮੱਥਾ ਮਾੜਾ, ਫੇਸ ਕਰਿਓ ਇੱਧਰ ਨੂੰ ਜੀ। ਬਾਕੀ ਆਹ ਜਿਹੜਾ ਦੱਸੋ ਫੇਸ ਕੁਆਲਿਟੀ, ਠੀਕ ਹੈ, ਆਹ ਦੇਖੋ, ਠੀਕ ਹੈ। ਕਈ ਰਾਤ ਲਿਆਰਾ ਪਸ਼ੂਆਂ ਨੂੰ ਪਾਇਆ, ਬਹੁਤ ਘੱਟ ਹੁੰਦਾ ਨਾ? ਹਾਂਜੀ ਹਾਂਜੀ, ਇਹ ਸੰਗਤ ਸੁੰਗਲ 'ਚ ਰੱਖਿਆ, ਅਤੇ ਅੱਜ ਕਈ ਰਾਤ ਖੁੱਲ੍ਹਣਾ ਦੋਸਤੋ ਪਸ਼ੂ 'ਤੇ, ਤਾਂ ਕਰਕੇ ਧਲਿਆਰਾ ਪਾਇਆ, ਥੋੜ੍ਹੀ ਔਲ ਕਰਦਾ ਪਸ਼ੂ। ਅਤੇ ਖੋਲ੍ਹ ਕੇ ਦਿਖਾ ਦਈਏ, ਤੋਰੋ ਜੀ ਇਹਨੂੰ। ਇੱਧਰ ਨੂੰ ਕਰਦੇ
ਬਾਕੀ ਅਟਰ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ। ਲੇਵਾ ਅਵੈਡ ਨੇ ਪਹਿਲਾਂ ਸੂਆ ਜਿੱਦਾਂ ਸੁਣਾ ਦੋਸਤੋ, ਅਤੇ ਤਿਆਰੀ ਦੇ ਵਿੱਚ ਬਿਲਕੁਲ ਲੱਗੀ ਹੈਗੀ ਹੈ, ਠੀਕ ਆ। ਤਿਆਰੀ ਮੁਕੰਮਲ ਕਰੂਗੀ, ਇੱਕ ਹਫ਼ਤੇ ਦੇ ਦੌਰਾਨ ਸਮਾਂ ਤਿਆਰੀ ਕਰ ਲੂਗੀ। ਐਂ ਨੂੰ ਤੋਰ ਦਈ ਹੈਗੀ, ਠੀਕ ਆ। ਆਹ ਦੇਖੋ ਜੀ, ਹਵਾਨਾ ਬੈਕ ਸਾਈਡ ਤੋਂ ਜੇਕਰ ਆਪਾਂ ਦੇਖੀਏ ਤਾਂ ਬਿਲਕੁਲ ਪੱਧਰ ਵਿਖਾਲਾ ਹੈਗਾ ਪੂਰਾ, ਅਤੇ ਥਣ ਥੁਣ ਵੀ ਚੰਗੀ ਸੋਹਣੀ ਵੰਡਦੇ ਆ ਵੀ ਉਹ ਬਿਲਕੁਲ ਜਿਹੜੀ ਸਪੇਸ ਆ ਕੋਈ 3-4 ਇੰਚ ਥਣਾਂ ਦੇ ਵਿੱਚ ਜਿਹੜੀ ਸਪੇਸ ਹੈਗੀ ਆ, ਠੀਕ ਆ। ਲੈ ਆਈਏ ਜੀ, ਬਾਕੀ ਸਭ ਤੋਂ ਵੱਡੀ ਗੱਲ ਆ ਜਿਹੜੀ ਦੋਸਤੋ ਨਵੀਂ ਵੱਛੀ ਆ, ਬਹੁਤੇ ਵੀਰ ਸ਼ੌਕੀਨ ਵੀਰ ਆ ਜਿਹੜੇ, ਚਲੋ ਘਰੇਲੂ ਜਿਨ੍ਹਾਂ ਨੇ ਅੱਗੇ ਪਸ਼ੂ ਰੱਖਣਾ, ਪਹਿਲੇ ਦੂਜੇ ਸੂਏ ਵਾਧੇ ਬੰਦੀ ਇਹ ਹੁੰਦੀ ਹੈ ਦੋਸਤੋ, ਅੱਗੇ 2-4 ਸੂਏ ਪਸ਼ੂ ਆਪਾਂ ਜਦੋਂ ਬਿਲਕੁਲ ਚਵਾਈ ਕਰਕੇ ਵੇਚਣਾ ਵੀ ਚਾਹੁੰਦੇ ਹਾਂ ਤਾਂ ਬਿਲਕੁਲ ਇੱਕ ਲੰਮਾ ਸਮਾਂ ਜਿਹੜਾ ਪਸ਼ੂ ਘੜਾ ਜਾਂਦਾ ਦੁੱਧ ਮਿਲਕਿੰਗ ਦੇ ਵਿੱਚ। ਅਤੇ ਆਹ ਹਵਾਨਾ ਲੇਵਾ ਜੇ ਬੈਕ ਸਾਈਡ ਤੋਂ ਆਹ ਦੇਖੋ ਜੀ, ਹਜੇ ਢਿੱਲ ਢੁੱਲ ਤੁਸੀਂ ਬਿਲਕੁਲ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ, ਢਿੱਲ ਢੁੱਲ ਕਾਫੀ ਆ। ਬਨਾਥਣਾ ਜਿਹੜਾ ਦੋਸਤੋ ਬਿਲਕੁਲ ਮੁਕੰਮਲ ਬਣਾ ਕੇ ਫਿਰ ਇਹ ਬੈਡ ਸੁਭੂਗੀ, ਵੀ ਬਿਲਕੁਲ ਫਿਕਸ ਹੀ ਆਰਡਰ ਹੋਵੇਗਾ, ਠੀਕ ਆ। ਅਤੇ ਮਿਲਕਿੰਗ ਦੀ ਜੇਕਰ ਆਪਾਂ ਗੱਲ ਕਰ ਲਈਏ ਵੀ ਕਿਹੋ ਜਿਹਾ ਹਵਾਨਾ ਲੱਗਾ ਦੋਸਤੋ ਵੱਛੀ ਦੇ, ਇਹ ਤਕਰੀਬਨ ਕੋਈ 14 ਲੀਟਰ 13-14 ਲੀਟਰ ਦੀ ਉਮੀਦ ਤਾਂ ਨੋਰਮਲ ਆਪਾਂ ਕਰ ਸਕਦੇ ਹਾਂ ਇਹੋ ਜਿਹੇ ਪਸ਼ੂ ਤੋਂ। ਬਾਕੀ ਉੱਪਰ ਸੇਵਾ ਦਾ ਦੁੱਧ ਹੁੰਦਾ, ਜਿੰਨੀ ਸੇਵਾ ਕਰ ਲਾਂਗੇ ਉਨਾ ਦੁੱਧ ਵਧੇਰੇ ਆਪਾਂ ਜਿਹੜਾ ਦੋਸਤੋ ਲੈ ਸਕਦੇ ਹਾਂ। ਬੰਨ ਲਈਏ ਜੀ, ਆਹ ਦੇਖੋ ਜੀ, ਬਾਕੀ ਸੀਲ ਸਲੱਗ ਦੋਸਤੋ ਪੂਰੀ ਆ, ਵੀ ਜਿਵੇਂ ਪਹਿਲਾਂ ਵੱਛੀ ਆ ਉਹ ਹਿਸਾਬ ਨਾਲ ਜੇ ਆ ਲਓ ਜੀ, ਆ ਲਓ ਜੀ, ਬਾਕੀ ਸੀਲ ਸਲੱਗ ਪੂਰੀ ਆ ਦੋਸਤੋ, ਅਤੇ ਹਵਾਨਾ ਜੱਡਾ ਕਾਫੀ ਖੂਬਸੂਰਤ ਆ, ਠੀਕ ਆ। ਕੋਈ ਟਲਕਾ ਦੇ ਵਿੱਚ ਨਹੀਂ, ਫਿਕਸ ਆਰਡਰ ਦੀ ਕੁਆਲਿਟੀ ਹੋਵੇਗੀ ਅਤੇ ਵਿਖਾਲਾ ਸੋਹਣਾ ਬਣਾਵੇਗੀ ਬਿਲਕੁਲ। ਜਦੋਂ ਦੋਸਤੋ ਤਿਆਰ ਹੋਈ ਉਦੋਂ ਥੋੜ੍ਹਾ ਜਿਹਾ ਹੋਰ ਸਮਝ ਆ ਜੂਗਾ, ਕਿਉਂਕਿ ਹਜੇ 5-7 ਦਿਨ ਬਾਕੀ ਆ ਸੂਣ ਦੇ ਵਿੱਚ। ਅਤੇ ਭਾਅ ਜੀ ਬਲਵੰਤ ਸਿੰਘ ਜੀ, ਕਿੰਨਾ ਕੁ ਮੁੱਲ ਡਿਮਾਂਡ ਲੈਣ ਦੇਣ ਫਿਰ ਕੀ ਕਰਤਾ? ਸਰ ਜੀ ਆਪਾਂ ਲੈਣ ਦੇਣ ਡਿਮਾਂਡ ਕਰਦੇ ਹਾਂ, ਹਾਂ 58,000 ਦੀ ਮੰਗ ਹੈ ਆਪਣੀ, ਮੰਗ 58,000 ਹੈ ਜੀ, ਹਾਂਜੀ 58,000। ਕੋਈ ਲੈਣਾ ਦੇਣਾ ਕੋਈ ਦੱਸ ਸਕਦੇ ਹੋ ਵੀ ਕਿੱਥੋਂ ਤੱਕ ਜਿਹੜੀ ਲਾਟ ਛੱਡ ਦੋਗੇ ਜਾਂ ਵਿੱਚੋਂ ਕੋਈ ਛੋਟ ਛੱਪਾ? ਕੋਈ ਨਹੀਂ, ਭੈਣ ਭਰਾ ਜੋ ਚੱਲ ਗਿਆ ਉਹ ਕਰਾਂਗੇ ਮਾਨਤਾ ਉਹਨਾਂ ਦਾ, ਠੀਕ ਹੈ ਜੀ, ਹਾਂਜੀ ਜ਼ਰੂਰ ਮਾਨਤਾ ਜ਼ਰੂਰ ਕਰਨਾ, ਕਿਉਂਕਿ ਹੋ ਸਕਦਾ ਵੀ ਕੋਈ ਵੀਰ ਕੋਈ 200-250 ਕਿਲੋਮੀਟਰ ਤੋਂ ਆ ਰਿਹਾ ਹੋਵੇ, ਹਾਂਜੀ ਹਾਂਜੀ, ਵੀ ਉਹਦੇ ਵਿੱਚੋਂ ਉਹ ਗੁੰਜਾਇਸ਼ ਰੱਖ ਕੇ ਜਿਹੜੀ ਆ ਟਰੈਵਲ ਕੋਈ ਖਰਚੇ ਦੀ ਟਰਾਂਸਪੋਰਟ ਦੀ, ਹਾਂਜੀ ਉਹ ਉਨੀ ਕੀ ਕੋਈ ਇੱਧਰ ਉੱਧਰ ਦੀ ਜ਼ਰੂਰ ਜਿਹੜੀ ਆ, ਹਾਂਜੀ ਉਹ ਕਰ ਦਾਂਗੇ ਜੀ, ਠੀਕ ਹੈ ਜੀ, ਹਾਂਜੀ। ਅਤੇ ਬਲਵੰਤ ਸਿੰਘ ਜੀ ਇੱਕ ਨੰਬਰ ਆਪਣੇ ਜ਼ਰੂਰ ਸੈਂਡ ਦੱਸ ਦਈਏ ਭੈਣ ਭਰਾਵਾਂ, ਨੰਬਰ ਆਪਣਾ ਭਾਅ ਜੀ 99-40, ਹਾਂਜੀ 45-132, ਠੀਕ ਹੈ ਜੀ। ਇਹ ਮੇਰੇ ਨਾਲ ਸਨ ਦੋਸਤੋ ਭਾਅ ਜੀ ਬਲਵੰਤ ਸਿੰਘ ਜੀ, ਲਾਖਣਾ ਪਿੰਡ ਤੁਸੀਂ ਵਿਜਿਟ ਕਰਨੀ ਆ, ਨੰਬਰ ਬਿਲਕੁਲ ਲਗਾਤਾਰ ਸਕਰੀਨ 'ਤੇ ਚੱਲ ਰਿਹਾ, ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।